ਅੰਮ੍ਰਿਤਸਰ ਨਗਰ ਨਿਗਮ ਚੋਣ ਮੈਦਾਨ 'ਚ ਅਕਾਲੀ ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਟੱਕਰ ਹੋਵੇਗੀ। ਸਾਰੀਆਂ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰ ਮੈਦਾਨ 'ਚ ਉਤਾਰੇ ਜਾ ਰਹੇ ਨੇ। ਸ਼ਹਿਰ ਦੇ ਲੋਕ ਵੀ ਚੋਣਾਂ ਵਿੱਚ ਵਧੇਰੇ ਦਿਲਚਸਪੀ ਵਿਖਾ ਰਹੇ ਨੇ ਤੇ ਗੱਲ ਵਿਕਾਸ ਦੇ ਮੁੱਦੇ ਤੇ ਵੋਟਾਂ ਪਾਉਣ ਦੀ ਹੋ ਰਹੀ ਹੈ। ਉਮੀਦਵਾਰਾਂ ਦੀ ਗੱਲ ਕਰੀਏ ਤਾਂ ਸਾਰੀਆਂ ਪਾਰਟੀਆਂ ਆਪਣੇ ਉਮੀਦਵਾਰਾਂ ਦੀ ਜਿੱਤ ਦਾ ਦਾਅਵਾ ਠੋਕਦੀਆਂ ਨਜ਼ਰ ਆ ਰਹੀਆਂ ਨੇ। ਟਰਮ ਇਸੇ ਮੰਥ 'ਚ ਖਤਮ ਹੋਈ ਹੈ ਔਰ ਇਲੈਕਸ਼ਨ ਜਿਹੜਾ ਡਿਕਲੇਅਰ ਨਵਾਂ ਹੋ ਗਿਆ। ਮੈਂ ਇਹਦੀ ਬੈਕਗਰਾਊਂਡ ਥੋੜ੍ਹੀ ਜਿਹੀ ਦੱਸਣਾ ਚਾਹੁੰਦਾ ਆਮ ਜਨਤਾ ਨੂੰ ਵੀ ਪਹਿਲੇ ਜਦੋਂ BJP ਅਕਾਲੀ ਦਲ ਦੀ ਸਰਕਾਰ ਸੀ 2007 'ਚ 2012 'ਚ ਅਸੀਂ ਚੁਣਾਵ ਜਿਹੜੇ ਆ ਬਿਲਕੁਲ ਠੀਕ ਟਾਈਮ ਦੇ ਉੱਤੇ ਪਹਿਲੇ ਹੀ ਕਰਵਾ ਦਿੱਤੇ ਸੀ ਤਾਂ ਕਿ ਜਿਸ ਵੇਲੇ ਮੇਅਰ ਦੀ ਟਰਮ ਖਤਮ ਹੋਵੇ ਅਤੇ ਨੈਕਸਟ ਮੇਅਰ ਜਿਹੜਾ ਵੈ ਉਹਨੂੰ ਵੇਟ ਨਾ ਕਰਨਾ ਪਵੇ, ਇਮੀਡੀਏਟ ਬਣ ਜਾਏ ਔਰ ਜਿਹੜੇ ਡਿਵੈਲਪਮੈਂਟ ਦੇ ਕੰਮ ਹੈ ਉਹ ਰੁਕਣ ਨਾ। ਲੇਕਿਨ ਇਸ ਵਾਰ ਕਿਉਂਕਿ ਕਾਂਗਰਸ ਸਰਕਾਰ ਪੰਜਾਬ 'ਚ ਬਣ ਗਈ, ਉਹਨਾਂ ਨੇ ਚੁਣਾਵ ਦੀ ਤਰਫ ਧਿਆਨ ਨਹੀਂ ਦਿੱਤਾ। ਅੱਜ 8 ਮਹੀਨੇ ਹੋ ਗਏ ਉਹਨੂੰ ਸਰਕਾਰ ਬਣਿਆ ਹੋਇਆ ਔਰ ਮੈਨੂੰ 1 ਮਹੀਨਾ ਹੋ ਗਿਆ ਮੇਅਰ ਹਟਿਆ ਹੋਇਆ। ਇਸ ਲਈ ਕੋਈ ਵੀ ਕਾਰਪੋਰੇਸ਼ਨ ਦਾ ਵਾਰਸ ਨਹੀਂ ਹੈ, ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਹੋ ਰਿਹਾ। ਜਿਹੜੇ ਡਿਵੈਲਪਮੈਂਟ ਦੇ ਕੰਮ ਅਸੀਂ ਸ਼ੁਰੂ ਵੀ ਕਰਾਏ ਸੀ ਉਹ ਵੀ ਸਰਕਾਰ ਨੇ ਪੈਸਾ ਵਾਪਸ ਮੰਗਵਾ ਲਿਆ ਔਰ ਸਟੈਂਡ ਸਟਿਲ ਜਿਹੜਾ ਹੋ ਗਿਆ ਕੰਮ, ਵਰਕ ਆਰਡਰ ਕੋਈ ਹੋ ਨਹੀਂ ਰਿਹਾ। ਆਫੀਸਰਸ ਦੀ ਮਨਮਾਨੀ ਜਿਹੜੀ ਉਹ ਚੱਲ ਰਹੀ ਹੈ। ਕਾਂਗਰਸ ਪਾਰਟੀ ਬਿਲਕੁਲ ਤਿਆਰ ਹੈ ਔਰ ਆਪਣੇ ਕੈਂਡੀਡੇਟਾਂ 'ਤੇ ਵਿਚਾਰ ਅੱਜ ਤੋਂ ਹੀ ਸਟਾਰਟ ਕਰ ਦਿੱਤਾ ਹੈ ਔਰ 3 ਤਰੀਕ ਜਾਂ 4 ਤਰੀਕ ਤੋਂ ਪਹਿਲੇ ਅਸੀਂ ਸਾਰੇ ਕੈਂਡੀਡੇਟਾਂ ਦਾ ਐਲਾਨ ਕਰ ਦਿਆਂਗੇ ਔਰ ਕਾਂਗਰਸ ਪਾਰਟੀ ਇਸ ਇਲੈਕਸ਼ਨ ਨੂੰ ਜਿੱਤ ਹਾਸਲ ਕਰੇਗੀ। ਆਮ ਆਦਮੀ ਪਾਰਟੀ ਦਾ ਅੰਮ੍ਰਿਤਸਰ ਦੇ ਵਿੱਚ ਭ੍ਰਿਸ਼ਟਾਚਾਰ ਅਤੇ ਨਗਰ ਨਿਗਮ ਜੋ ਕੰਗਾਲੀ ਦੇ ਦੁਆਰ 'ਤੇ ਪਹੁੰਚ ਗਿਆ ਔਰ ਅੰਮ੍ਰਿਤਸਰ ਦੀ ਜਨਤਾ ਜੋ ਕਿ ਸਾਫ਼ ਸਫਾਈ ਅਤੇ ਹੋਰ ਕੰਮਾਂ ਤੋਂ ਦੁਖੀ ਹੈ, ਇਹਨਾਂ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਲੋਕਾਂ ਦਾ ਸਮਰਥਨ ਹਾਸਲ ਕਰਕੇ ਇਹ ਚੁਣਾਵ ਲੋਕਾਂ ਦਾ ਸਹਿਯੋਗ ਨਾਲ ਲੜਾਂਗੇ। ਅਸੀਂ ਜੀ ਵੋਟ 'ਤੇ ਉਹਨਾਂ ਨੂੰ ਪਾਵਾਂਗੇ ਜਿਹੜਾ ਸਾਡੀ ਪਾਰਕ ਸਵਾਰੂਗਾ ਅਤੇ ਇਹਦੇ 'ਤੇ ਵੀ ਕੁੱਤੇ ਵੀ ਬਥੇਰੇ ਆਉਂਦੇ ਆ ਅਤੇ ਸੂਰ ਬੜੇ ਆਉਂਦੇ ਆ ਅਤੇ ਸਾਨੂੰ ਡਰ ਆ ਅੱਗੇ ਵੀ ਡੇਂਗੂ ਬੁਖਾਰ ਨਾਲ ਅਸੀਂ ਵੀ ਮਹਾਂ ਹੀ ਬਚੇ ਹਾਂ। ਸਾਰਿਆਂ ਨੂੰ ਇੱਥੇ ਕੋਈ ਕਿਸੇ ਦੇ ਘਰ 'ਚ ਪਤਾ ਲੈਣ ਜੋਗਾ ਨਹੀਂ ਸੀ ਰਿਹਾ ਸੀ ਵੀ ਜਿਹੜਾ ਵੀ ਅਸੀਂ ਵੀ ਕਿਸੇ ਦੇ ਘਰ ਪਤਾ ਲੈ ਜਾਈਏ ਅਤੇ ਡੇਂਗੂ ਬੁਖਾਰ ਸੀ। ਉਹ ਵੇਖੋ ਮੰਦਰ ਵੱਲ ਝਾਤੀ ਮਾਰ ਲਓ, ਉਹ ਮੰਦਰ ਵੀ ਅਸੀਂ ਸਾਫ਼ ਕਰਕੇ, ਇੱਥੇ ਬੜਾ ਗੰਦ ਸੀ ਬਹੁਤ ਜ਼ਿਆਦਾ ਅਤੇ ਮੰਦਰ ਵੀ ਅਸੀਂ ਇਹ ਸਾਫ਼ ਕਰਾ ਕੇ ਮੰਦਰ ਬਣਾਇਆ ਅਤੇ ਇੱਥੇ ਹੁਣ ਤੁਸੀਂ ਆਹ ਕੈਮਰਾ ਮਾਰੋ ਵੇਖੋ ਕੀ ਹਾਲ ਹੈ ਇਹਦਾ ਅਤੇ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਸਾਡੀ ਇਹ ਪਾਰਕ ਸਵਾਰੂਗਾ ਅਤੇ ਅਸੀਂ ਉਹਨੂੰ ਵੋਟ ਪਾਵਾਂਗੇ। ਮੈਂ ਹੈਂਡੀਕੈਪ ਹੈਗੀ ਹਾਂ, ਮੀਂਹ ਆਉਂਦਾ ਵਾ, ਬਾਰਿਸ਼ ਆਉਂਦੀ ਹੈ ਜਦੋਂ ਵੀ ਅਤੇ ਪਾਣੀ ਕਿਸੇ ਪਾਸੇ ਨਹੀਂ ਜਾਂਦਾ, ਸਾਡਾ ਘਰ ਵੀ ਭਰ ਜਾਂਦਾ ਵਾ ਅਤੇ ਮੈਂ ਜਾ ਵੀ ਨਹੀਂ ਬਾਹਰ ਸਕਦੀ। 1 ਸਾਲ ਹੋ ਗਿਆ ਮੈਨੂੰ ਗਿਆ ਨੂੰ ਅਤੇ ਕਿਸੇ ਨੂੰ ਵਾਜਾ ਦੇ ਕੇ ਪਾਣੀ ਕਢਾਉਂਦੇ ਹਾਂ।